ਪੱਠੇ ਬੀਜਣ ਦਾ ਹਰਾਚਾਰਾ ਬੀਜਣ ਦਾ ਬਿਲਕੁਲ ਵਧੀਆ ਟਾਈਮ ਚੱਲੀ ਜਾਂਦਾ ਹੈ ਪਰ ਹਰ ਵਾਰ ਲੱਖਾਂ ਕਿਸਾਨਾਂ ਦੀ ਇਹ ਪਰੇਸ਼ਾਨੀ ਹੁੰਦੀ ਆ ਕਿ ਛੇਤੀ ਆਪਣਾ ਚਾਰਾ ਜਿਹੜਾ ਤਿਆਰ ਹੀ ਨਹੀਂ ਹੁੰਦਾ ਬੀਜਣ ਤੋਂ ਬਾਅਦ ਦੇ ਵਿੱਚ ਅੜਿਆ ਜਾ ਰਿਹਾ ਜਾਂਦਾ ਵਾਧਾ ਨਹੀਂ ਗਾ ਗ੍ਰੋਥ ਨਹੀਂ ਹੁੰਦੀ ਕਿਉਂਕਿ ਕਈ ਤਰ੍ਹਾਂ ਦੀਆਂ ਗਲਤੀਆਂ ਕਿਸਾਨ ਕਰ ਜਾਂਦੇ ਨੇ ਹਰੇਚਾਰੇ ਨੂੰ ਬੀਜਣ ਲੱਗਿਆਂ ਤੇ ਹਰਾਚਾਰਾ ਜਾਂ ਜਿਹਨੂੰ ਆਪਾਂ ਪੱਠੇ ਕਹਿ ਦਿੰਨੇ ਆ ਇਹ ਇੱਕ ਐਹੋ ਜੀ ਫਸਲ ਹੈ ਜਿਹਨੂੰ ਆਪਾਂ ਬੜੇ ਥੋੜੇ ਦਿਨਾਂ ਦੇ ਵਿੱਚ ਤਿਆਰ ਕਰਨਾ ਹੁੰਦਾ ਹੈ ਛੇਤੀ ਤੋਂ ਛੇਤੀ ਕਿਉਂਕਿ ਗਰਮੀ ਦਾ ਟਾਈਮ ਹੈ ਹਰਾਚਾਰਾ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਨਹੀਂ ਗਾ ਜਿੰ ਆਪਣਾ ਚਾਰਾ ਤਿਆਰ ਕਰਾਂਗੇ ਉਹਨਾਂ ਦੁੱਧ ਦੇ ਵਿੱਚ ਆਪਾਂ ਨੂੰ ਘਾਟਾ ਜਿਹੜਾ ਘੱਟ ਚੱਲਣਾ ਪਊਗਾ ਤੇ ਜਿੰਨਾ ਜ਼ਿਆਦਾ ਸਮਾਂ ਲਾ ਕੇ ਤੁਹਾਡੀ ਜ਼ਮੀਨ ਦੇ ਵਿੱਚ ਪੱਠੇ ਜਿਹੜੇ ਤਿਆਰ ਹੋਣਗੇ ਛੇਤੀ ਜਗਰ ਤੁਸੀਂ ਉਹਨਾਂ ਨੂੰ ਤਿਆਰ ਨਹੀਂ ਕਰ पाए ਤਾਂ ਉਹ ਚਾਰਾ ਜਿਹੜਾ ਜ਼ਹਿਰ ਦਾ ਕੰਮ ਵੀ ਕਰਦਾ ਹੈ ਤੁਹਾਡੇ ਪਸ਼ੂਆਂ ਦੇ ਵਾਸਤੇ ਉਦੇ ਵਿੱਚੋਂ ਤੱਤ ਜਿਹੜੇ ਖਤਮ ਹੋ ਜਾਂਦੇ ਨੇ ਤੇ ਐਸਿਡ ਜਿਹੜੇ ਪਸ਼ੂਆਂ ਦੇ ਵਾਸਤੇ ਕੁਝ ਨੁਕਸਾਨਦਾਇਕ ਹੁੰਦੇ ਨੇ ਉਹ ਬਣਨੇ ਜਿਹੜੇ ਉਹਦੇ ਵਿੱਚ ਚਾਲੂ ਹੋ ਜਾਂਦੇ ਨੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਈ ਸਾਰੇ ਬਿਲਕੁਲ ਪਰਫੈਕਟ ਨੁਕਤੇ ਦੱਸਾਂਗੇ ਪੱਠਿਆਂ ਨੂੰ ਹਰੇ ਚਾਰੇ ਨੂੰ ਛੇਤੀ ਤੋਂ ਛੇਤੀ ਤਿਆਰ ਕਰਨ ਦੇ ਵਾਸਤੇ ਘੱਟ ਖਰਚੇ ਦੇ ਵਿੱਚ ਤੇ ਬੜੇ ਜ਼ਿਆਦੇ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਪੱਠੇ ਜਿਹੜੇ ਦੂਸਰਿਆਂ ਦੇ ਨਾਲੋਂ ਦੁੱਗਣੀ ਗ੍ਰੋਥ ਕਰਨਗੇ ਚਾਹੇ ਤੁਸੀਂ ਇੱਕ ਕਨਾਲ ਚਾਰਾ ਦੜਾ ਦਾ ਪੱਠੇ ਜਿਹੜੇ ਇੱਕ ਬੰਨੇ ਛੱਡ ਕੇ ਵੇਖ ਲਿਓ ਜੇ ਦੂਸਰੇ ਬੰਨੇ ਸਾਡੇ ਵਾਲੇ ਜਿਹੜੇ ਫਾਰਮੂਲੇ ਵਰਤ ਲਓ ਜਿਹੜੇ ਪੱਠਿਆਂ ਦੇ ਉੱਤੇ ਤੁਸੀਂ ਇਹਨਾਂ ਨੁਕਤਿਆਂ ਦੀ ਵਰਤੋਂ ਨਹੀਂ ਕਰੋਗੇ ਉਹ ਤੁਹਾਡਾ ਚਾਰਾ ਜਿਹੜਾ ਇਹਨਾਂ ਦੇ ਨਾਲੋਂ ਅੱਧਾ ਰਹਿ ਜਾਊਗਾ ਹਾਈਟ ਦੇ ਵਿੱਚ ਵੀ ਤੇ ਉਹਦੇ ਵਿੱਚ ਤੱਤਾਂ ਦੀਆਂ ਘਾਟਾਂ ਵੀ ਇਸ ਚਾਰੇ ਦੇ ਨਾਲੋਂ ਇਹਨਾਂ ਪੱਠਿਆਂ ਦੇ ਨਾਲੋਂ ਕਿਤੇ ਜ਼ਿਆਦਾ ਘੱਟ ਹੋਣਗੀਆਂ ਸੋ ਬਿਲਕੁਲ ਵੀਡੀਓ ਅੰਤ ਤੱਕ ਦੇਖਿਓ ਤੇ ਜਿਹੜੇ ਕਿਸਾਨਾਂ ਨੇ ਚੈਨਲ ਨੂੰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਜਿਹੜੀ ਉਹਨੂੰ ਕਿਰਪਾ ਕਰਕੇ ਦਬਾ ਲਓ ਸਭ ਤੋਂ ਜਿਆਦਾ ਵੱਡੀ ਅਤੇ ਗਹਿਲੀ ਜ਼ਿੰਮੇਦਾਰ ਜੇਕਰ ਕਿਸੇ ਫਸਲ ਨੂੰ ਲੈ ਕੇ ਕਰਦੇ ਨੇ ਤੇ ਉਹ ਹੁੰਦੇ ਆ ਪੱਠੇ ਜ਼ਮਿਰ ਨੂੰ ਆਪਾਂ ਚਾਰਾ ਕਹਿ ਦਿੰਨੇ ਆ ਨਾ ਤੇ ਬਹੁਤੇ ਲੋਕ ਇਹਦੇ ਵਿੱਚ ਕੋਈ ਖਾਦਾਂ ਖਰਾਕਾਂ ਪਾਉਂਦੇ ਨੇ ਨਾ ਜ਼ਮੀਨ ਵੰਦੇ ਨੇ ਕਿਹੋ ਜੀ ਦੇ ਵਿੱਚ ਆਪਾਂ ਬੀਜਣ ਲੱਗਿਆਂ ਤੇ ਨਾ ਕੋਈ ਉੱਤੇ ਆਪਾਂ ਜਿਆਦਾ ਧਿਆਨ ਦਿੰਨੇ ਆ ਜਿਹਦੇ ਕਾਰਨ ਆਪਣੇ ਪੱਠੇ ਜਿਹੜੇ ਛੇਤੀ ਤਿਆਰ ਹੀ ਨਹੀਂ ਹੁੰਦੇ ਸਿਰਫ ਆਪਾਂ ਜਦੋਂ ਜ਼ਮੀਨ ਨੂੰ ਵਾਹ ਕੇ ਇਕੱਲੇ ਬੀਜ ਦਾ ਛੱਟਾ ਦੇ ਕੇ ਬੀਜ ਦੇ ਨਿਆ ਪੱਠਿਆਂ ਨੂੰ 20 ਵੀ ਆਪਾਂ ਕੋਈ ਵਧੀਆ ਨਹੀਂ ਪਾਉਂਦੇ ਤੇ ਨਾਲ ਕੁਝ ਵੀ ਹੋਰ ਫਾਰਮੂਲੇ ਜਿਹੜੇ ਉਹਨਾਂ ਦੀ ਵਰਤੋਂ ਨਹੀਂ ਕਰਦੇ ਤਾਂ ਫਿਰ ਪੱਠੇ ਜਿਹੜੇ ਦੁੱਗਣੇ ਤੋਂ ਵੀ ਜ਼ਿਆਦਾ ਸਮਾਂ ਲੈ ਜਾਂਦੇ ਨੇ ਤਿਆਰ ਹੋਣ ਦੇ ਵਾਸਤੇ ਤੇ ਉਹਨਾਂ ਵਧੀਆ ਜਿਹੜਾ ਚਾਰਾ ਵੀ ਆਪਣਾ ਆਪਾਂ ਨੂੰ ਨਹੀਂ ਮਿਲਦਾ ਸਭ ਤੋਂ ਪਹਿਲੇ ਨੰਬਰ ਤੇ ਬੀਆਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਤੁਸੀਂ ਜਵਾਰ ਦੀ ਬਜਾਈ ਕਰੋ ਬਾਜਰਾ ਵਿੱਚ ਪਾ ਸਕਦੇ ਹੋ ਜਾਂ ਫਿਰ ਜੇਕਰ ਤੁਸੀਂ ਮੱਕਈ ਦੀ ਬਜਾਈ ਕਰਨੀ ਹੈ ਤਾਂ ਜਵਾਰ ਦੇ ਵਿੱਚ ਤੀਸਰਾ ਹਿੱਸਾ ਜਿਹੜਾ ਤੁਸੀਂ ਪਾ ਸਕਦੇ ਹੋ ਕਦੇ ਵੀ ਕੱਲੀ ਮੱਕਈ ਨਾ ਬੀਜੋ ਕੱਲੀ ਮੱਕਈ ਤੁਹਾਡੀ ਜ਼ਮੀਨ ਨੂੰ ਵੀ ਬੰਦਰ ਕਰ ਦਵੇਗੀ ਤੇ ਇਹਦਾ ਚਾਰਾ ਜਾਂ ਇਹਦੇ ਪੱਠੇ ਜਿਹੜਿਆ ਅਗਲੇ ਦਿਨਾਂ ਦੇ ਵਿੱਚ ਜਾ ਕੇ ਛੇਤੀ ਸੁੱਕ ਵੀ ਜਾਣਗੇ ਤੁਹਾਨੂੰ ਵਧੀਆ ਜਿਹੜਾ ਚਾਰਾ ਨਹੀਂ ਮਿਲਣਾ ਹਮੇਸ਼ਾ ਹਾਈਬ੍ਰਿਡ ਬੀਜ ਜਿਹੜਾ ਤੁਸੀਂ ਬੀਜੋ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਕਿਸੇ ਕੰਪਨੀ ਨੂੰ ਆਪਾਂ ਪ੍ਰਮੋਟ ਨਹੀਂ ਕਰਦੇ ਬੜੇ ਜ਼ਿਆਦੇ ਵਧੀਆ ਬੀ ਆਉਂਦੇ ਨੇ ਹਮੇਸ਼ਾ ਹਾਈਬ੍ਰਿਡ ਵਧੀਆ ਬੀ ਦੁਕਾਨ ਦੀ ਪੱਕੀ ਮੋਹਰ ਲਵਾ ਕੇ ਆਪਾਂ ਲੈਣਾ ਹੈ ਤਾਂ ਜੋ ਅੱਗੇ ਜਾ ਕੇ ਤੁਹਾਡੇ ਨਾਲ ਕੋਈ ਠੱਗੀ ਹੁਣ ਦੇ ਜਿਹੜੇ ਚਾਂਸ ਨੇ ਉਹ ਨਾ ਹੋਣ ਇਹਨਾਂ ਬੀਜਾਂ ਦੇ ਵਿੱਚ ਸਭ ਤੋਂ ਜ਼ਿਆਦਾਆਂ ਠਗੀਆਂ ਹੁੰਦੀਆਂ ਨੇ ਕਿਉਂਕਿ ਜ਼ਿੰਮੇਦਾਰ ਇਹਨਾਂ ਬੀਆਂ ਦਾ ਬਿੱਲ ਲੈਂਦੇ ਹੀ ਨਹੀਂਗੇ ਜਿਹੜੀ ਜ਼ਮੀਨ ਦੇ ਵਿੱਚ ਤੁਸੀਂ ਕਣਕ ਦੇ ਉੱਤੇ ਗੁੱਲੀ ਡੰਡੇ ਦੇ ਵਾਸਤੇ ਲੀਡਰ ਸਪਰੇਅ ਦੀ ਵਰਤੋਂ ਕੀਤੀ ਏ ਉਹਦੇ ਵਿੱਚ ਜਾਣ ਤੇ ਤੁਸੀਂ ਆਪਣਾ ਹਰਾਚਾਰਾ ਜਾਂ ਪੱਠੇ ਜਿਹੜੇ ਨਾ ਬੀਜੋ ਜੇਕਰ ਤੁਸੀਂ ਸਾਰੀਆਂ ਜ਼ਮੀਨਾਂ ਦੇ ਵਿੱਚ ਹੀ ਲੀਡਰ ਦੀ ਵਰਤੋਂ ਕੀਤੀ ਏ ਤਾਂ ਕੋਸ਼ਿਸ਼ ਕਰੋ ਕਿ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਇੱਕ ਵਾਰੀ ਪਾਣੀ ਦੇ ਨਾਲ ਭਰ ਦਿੱਤਾ ਜਾਵੇ ਭਰਨ ਤੋਂ ਬਾਅਦ ਦੇ ਵਿੱਚ ਬੀਜ ਨੂੰ 12 ਘੰਟੇ ਭਿਉਉਣ ਤੋਂ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਨਿਚੋੜ ਲੈਣਾ ਹੈ ਪਾਣੀ ਸਾਰਾ ਕੱਢ ਲੈਣਾ ਹੈ ਕੱਢਣ ਤੋਂ ਮਗਰੋਂ ਹਿਊਮਿਕ ਐਸਿਡ ਦੇ ਨਾਲ ਜ਼ਿੰਕ ਇਹ ਦੋਵੇਂ ਚੀਜ਼ਾਂ ਜਿਹੜੀਆਂ ਜ਼ਿੰਕ ਜ਼ਰੂਰ ਲਾਉਣੀ ਹੈ ਜ਼ਿੰਕ ਤੋਂ ਬਿਨਾ ਕਦੇ ਵੀ ਜਵਾਰ ਦੀ ਬਜਾਈ ਨਹੀਂ ਕਰਨੀ ਆਪਾਂ ਜ਼ਿਕਰ ਕਰੋਗੇ ਤਾਂ ਉਹਦੀ ਗਰੋਥ ਆਪਾਂ ਨੂੰ ਵਧੀਆ ਵੇਖਣ ਨੂੰ ਨਹੀਂ ਮਿਲਣੀ ਸੋ ਜ਼ਿੰਕ ਤੇ ਹਿਊਮਿਕ ਐਸਿਡ ਦੋਵੇਂ ਚੀਜ਼ਾਂ ਬੀਜ ਨੂੰ ਲਾ ਕੇ ਭਿਉਉਣ ਤੋਂ ਬਾਅਦ ਦੇ ਵਿੱਚ ਆਪਾਂ ਛੱਟਾ ਦੇ ਕੇ ਬਜਾਈ ਜਿਹੜੀ ਕਰ ਦੇਣੀ ਹੈ ਖਾਦਾਂ ਦੀ ਜੇਕਰ ਆਪਾਂ ਗੱਲ ਕਰਦੇ ਆਂ ਤਾਂ 2 ਤੋਂ 3 ਟੋੜੇ ਸਿੰਗਲ ਸੁਪਰ ਫਾਸਫੇਟ ਦੇ ਤੁਸੀਂ ਨਾਲ ਜਿਹੜੇ ਬਜਾਈ ਦੇ ਟਾਈਮ ਪਾਉਣੇ ਆ ਪੱਠੇ ਜਦੋਂ ਉਗਾਉਣਗੇ ਤੁਹਾਡੇ ਉੱਗਣ ਤੋਂ ਬਾਅਦ ਦੇ ਵਿੱਚ ਪਾਣੀ ਲਾਉਣ ਦੀ ਆਪਾਂ ਜਿਹੜੀ ਕਾਲ ਕਦੇ ਵੀ ਨਹੀਂ ਕਰਨੀ ਪੱਠਿਆਂ ਨੂੰ ਸੁੱਕਣ ਦਿਓ ਜਿੰਨੇ ਜ਼ਿਆਦੇ ਤੁਹਾਡੇ ਪੱਠੇ ਸੁੱਕਣਗੇ ਓੰਨੇ ਜ਼ਿਆਦੀ ਵਧੀਆ ਉਹਨਾਂ ਪੱਠਿਆਂ ਦੀ ਜਿਹੜੀ ਗਰੋਥ ਆਪਾਂ ਨੂੰ ਵੇਖਣ ਨੂੰ ਮਿਲੇਗੀ ਸੁੱਕਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਉਹ ਸਾੜੀ ਜਾਣ ਧੁੱਪ ਦੇ ਨਾਲ ਪਰ ਇੱਕ ਲੈਵਲ ਤੱਕ ਜਦੋਂ ਪੱਠਿਆਂ ਨੂੰ ਸੋਕਾ ਲੱਗਦਾ ਹੈ ਤਾਂ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਜ਼ਿਆਦਾ ਡੂੰਘੀਆਂ ਜਾਂਦੀਆਂ ਨੇ ਤਤ ਜਾਦੇ ਜੜ੍ਹਾਂ ਤੱਕ ਪਹੁੰਚਦੇ ਨੇ ਜੜ੍ਹਾਂ ਖੁਦ ਬਖੁਦ ਤਤਾਂ ਤੱਕ ਪਹੁੰਚ ਜਾਂਦੀਆਂ ਨੇ ਤੇ ਉਹ ਪੱਤੇ ਜਿਹੜੇ ਆਪਾਂ ਨੂੰ ਜ਼ਿਆਦਾ ਸੋਹਣੇ ਵੇਖਣ ਨੂੰ ਮਿਲਦੇ ਨੇ ਦੂਸਰਿਆਂ ਦੇ ਮੁਕਾਬਲੇ ਜਦੋਂ ਆਪਾਂ ਪਾਣੀ ਲਾਉਣਾ ਹੈ ਬੱਠਿਆਂ ਨੂੰ ਪਹਿਲਾਂ ਪਾਣੀ ਲਾਉਣ ਤੋਂ ਇੱਕ ਦਿਨ ਪਹਿਲਾਂ ਆਪਾਂ ਅੱਧਾ ਲੀਟਰ ਜਬ੍ਰੈਲਿਕ ਐਸਿਡ ਦੀ ਸਪਰੇਅ ਕਰਨੀ ਹੈ 100 ਲੀਟਰ ਪਾਣੀ ਦੇ ਨਾਲ ਜੇਕਰ ਤੁਸੀਂ ਇਹਨੂੰ ਮਾਰਕੀਟ ਦੇ ਵਿੱਚੋਂ ਲਿਆਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ 0.001% ਜਿਹੜਾ ਮਿਲ ਜਾਊਗਾ ਉਹਦੀ ਉਹ ਵੀ ਤੁਸੀਂ ਅੱਧਾ ਲੀਟਰ ਇੱਕ ਕਿੱਲੇ ਦੇ ਵਿੱਚ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਹਨੂੰ ਘਰੇ ਬਣਾਉਣਾ ਚਾਹੁੰਦੇ ਹੋ ਤਾਂ 4 ਤੋਂ 5 ਸੁੱਕੀਆਂ ਪਾਥੀਆਂ ਨੂੰ 10-12 ਲੀਟਰ ਪਾਣੀ ਦੇ ਵਿੱਚ ਭਿਉਂਦੇਓ 12-15 ਘੰਟੇ ਭਿਉਉਣ ਤੋਂ ਬਾਅਦ ਦੇ ਵਿੱਚ ਉਹਨੂੰ 1 ਤੋਂ 1.5 ਕਿੱਲੇ ਦੇ ਵਿੱਚ 100 ਤੋਂ 150 ਲੀਟਰ ਪਾਣੀ ਦੇ ਨਾਲ ਸਪਰੇ ਜਿਹੜੀ ਤੁਸੀਂ ਕਰ ਦੇਣੀ ਹੈ ਤੇ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ ਫਿਰ ਦੁਬਾਰੇ ਇਹੋ ਹੀ ਆਪਾਂ ਨੁਕਤਾ ਜਿਹੜਾ ਵਰਤਨਾ ਹੈ ਪੱਠਿਆਂ ਨੂੰ ਵਧਾਉਣ ਦੇ ਵਾਸਤੇ ਚਾਹੀ ਜਵਾਰ ਹੋਵੇ ਮੱਕੀ ਹੋਵੇ ਬਾਜਰਾ ਹੋਵੇ ਕੋਈ ਵੀ ਚਾਰਾ ਹੋਵੇ ਸਭ ਤੋਂ ਜ਼ਿਆਦਾ ਜ਼ਿਕਰ ਵਧੀਆ ਕੋਈ ਚੀਜ਼ ਹੈ ਹੈਗੀ ਇਹ ਉਹ ਹੈ ਜਬ੍ਰੈਲਿਕ ਐਸਿਡ ਇਹਦੇ ਨਾਲੋਂ ਵਧੀਆ ਚੀਜ਼ ਕੋਈ ਵੀ ਦੁਨੀਆ ਦੇ ਵਿੱਚ ਨਹੀਂ ਹੈਗੀ ਜਿਹੜੀ ਚਾਰੇ ਨੂੰ ਪੱਠਿਆਂ ਨੂੰ ਛੇਤੀ ਵਧਾ ਸਕਦੀ ਹੋਵੇ ਇਹ ਸਭ ਤੋਂ ਜ਼ਿਆਦਾ ਸਟਰੋਂਗ ਟੋਨਿਕ ਹੈ ਕਿਸੇ ਵੀ ਫਸਲ ਨੂੰ ਵਧਾਉਣ ਦੇ ਵਾਸਤੇ ਇਹਦੇ ਤੋਂ ਬਾਅਦ ਵਿੱਚ ਗੱਲ ਆਉਂਦੀ ਹੈ ਸੁੰਡੀ ਦੀ ਸੁੰਡੀ ਬੜੇ ਜ਼ਿਆਦਾ ਪੱਠਿਆਂ ਨੂੰ ਖਾ ਜਾਂਦੀ ਹੈ ਚਾਰੇ ਜਿਹੜੇ ਖਤਮ ਹੋ ਜਾਂਦੇ ਨੇ ਲੋਕਾਂ ਦੇ ਸੁੰਡੀ ਵਦਨ ਨਹੀਂ ਦਿੰਦੀ ਮੇਨ ਜਿਹੜਾ ਤਣਾ ਹੁੰਦਾ ਵਿਜਲਾ ਉਹਨੂੰ ਖਾਂਦੀ ਏ ਸੁੰਡੀ ਵੀ ਕਈ ਥਾਵਾਂ ਤੇ ਬੜਾ ਜ਼ਿਆਦਾ ਕਾਰਨ ਬਣ ਜਾਂਦੀ ਏ ਪੱਠਿਆਂ ਦੇ ਵਾਧੇ ਨੂੰ ਰੋਕਣ ਦੇ ਵਾਸਤੇ ਕਿਉਂਕਿ ਮੇਨ ਵਿਜਲੇ ਪੱਤੇ ਨੂੰ ਜਾਂ ਫਿਰ ਤਣੇ ਨੂੰ ਸੁੰਡੀ ਜਿਹੜਾ ਜ਼ਿਆਦਾ ਅਟੈਕ ਕਰਦੀ ਏ ਜਦੋਂ ਛੋਟੇ ਹੁੰਦੇ ਨੇ ਤਾਂ ਇਹਦੇ ਵਾਸਤੇ ਵੀ ਤੁਸੀਂ ਫਾਰਮੂਲਾ ਜਿਹੜਾ ਆਪਣਾ ਨੋਟ ਕਰ ਲਿਓ ਜੇ ਜੇ ਤਾਂ ਤੁਹਾਡੇ ਪੱਠਿਆਂ ਦੇ ਉੱਤੇ ਕੋਈ ਥੋੜੀ-ਬਹੁਤ ਸੁੰਡੀ ਹੈਗੀ ਏ ਜਾਦੀ ਨਹੀਂ ਵਧੀ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇਹ ਤਾਂ ਕੋਈ ਜ਼ਹਿਰ ਨਾ ਪਾਓ ਉਹਦੇ ਵਾਸਤੇ 1 ਕਿਲੋ ਕਾਲਾ ਲੂਣ ਪਾਣੀ ਦੇ ਵਿੱਚ ਘੋਲ ਕੇ ਸ਼ਾਮ ਦੇ ਸਮੇਂ ਪੱਠਿਆਂ ਦੇ ਉੱਤੇ ਸਪਰੇਅ ਕਰਦੇ ਹੋ 1 ਕਿੱਲੇ ਦੇ ਵਿੱਚ ਉਹ ਸੁੰਡੀ ਜਿਹੜੀ ਤੁਹਾਡੀ ਮਰ ਜਾਊਗੀ ਜੇਕਰ ਜ਼ਿਆਦਾ ਹੀ ਤੁਹਾਡੇ ਪੱਠਿਆਂ ਦੇ ਵਿੱਚ ਸੁੰਡੀ ਵੱਧ ਚੁੱਕੀ ਏ ਆਪਾਂ ਕਿਸੇ ਵੇਲੇ ਧਿਆਨ ਨਹੀਂ ਦਿੱਤਾ ਤੇ ਸੁੰਡੀ ਦਿਨੋਂ ਕਿਉਂਕਿ ਇੱਕ ਅੱਧੇ ਦਿਨ ਦੇ ਵਿੱਚ ਬੜੇ ਜ਼ਿਆਦੀ ਵੱਧ ਜਾਂਦੀ ਹੁੰਦੀ ਏ ਤਾਂ ਉਹਦੇ ਵਾਸਤੇ ਬੜੀਆਂ ਜ਼ਿਆਦੀਆਂ ਸਪ੍ਰੇਆਂ ਆਉਂਦੀਆਂ ਨੇ ਫਿਰ ਆਪਾਂ ਲੋਨ ਦੀ ਉੱਥੇ ਵਰਤੋਂ ਨਹੀਂ ਕਰਨੀ ਉਹਦੇ ਲਈ ਤੁਸੀਂ ਅਡਾਮਾ ਦੀ ਪਲੈਂਥੋਰਾ ਕਰ ਸਕਦੇ ਹੋ ਜਾਂ ਸਜੈਂਟਾ ਦੀ ਐਮਪਲੀਗੋ ਕਰ ਸਕਦੇ ਹੋ ਡੂ ਪੌਂਡ ਦੀ ਕੋਰਾਜਨ ਕਰ ਸਕਦੇ ਹੋ ਜਾਂ ਹੋਰ ਬੜੀਆਂ ਜ਼ਿਆਦੀਆਂ ਅਨੇਕਾਂ ਸਪ੍ਰੇਆਂ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਣਗੀਆਂ ਜੜੀਆਂ ਤੁਸੀਂ ਵਰਤੋਂ ਕਰ ਸਕਦੇ ਹੋ ਪਰ ਜੇਕਰ ਥੋੜੀ ਸੁੰਢੀ ਕਿਤੇ ਹੈਗੀਏ ਤਾਂ ਕਦੇ ਵੀ ਆਪਾਂ ਇਹਨਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਪੱਠੇ ਆਪਣੇ ਪਸ਼ੂਆਂ ਨੇ ਖਾਣੇ ਆ ਤੇ ਪਸ਼ੂਆਂ ਦਾ ਦੁੱਧ ਆਪਾਂ ਪੀਣਾ ਇਹ ਇਹੋ ਜਿਹੀ ਜ਼ਹਿਰ ਨੇ ਜਿਹੜੇ ਜ਼ਮੀਨ ਦੇ ਵਿੱਚੋਂ ਵੀ ਨਹੀਂ ਜਾਂਦੇ ਤੇ ਪੱਠਿਆਂ ਦੇ ਵਿੱਚੋਂ ਦੁੱਧ ਦੇ ਵਿੱਚੋਂ ਤੁਹਾਡੇ ਸਰੀਰ ਦੇ ਵਿੱਚ ਜੇਕਰ ਕਿਤੇ ਆ ਗਏ ਤਾਂ ਇਹ ਤੁਹਾਡੇ ਸਰੀਰ ਦੇ ਉੱਤੇ ਵੀ ਉਨਾ ਹੀ ਨੁਕਸਾਨ ਕਰਦੇ ਨੇ ਜਿੰਨਾ ਸੁੰਡੀਆਂ ਨੂੰ ਕਰਦੇ ਨੇ ਕਿਉਂਕਿ ਉਹ ਛੋਟੇ ਜੀਵ ਹੁੰਦੇ ਨੇ ਤੇ ਉਹ ਮਰ ਜਾਂਦੇ ਨੇ ਤੇ ਆਪਾਂ ਵੱਡੇ ਆ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਇਹਨਾਂ ਜ਼ਹਿਰਾਂ ਨੂੰ ਖਾਣ ਤੋਂ ਬਾਅਦ ਦੇ ਵਿੱਚ ਮੌਤ ਭਾਵੇਂ ਨਹੀਂ ਹੁੰਦੀ ਇਹ ਜਿਹੜੇ ਜਿੰਨੇ ਵੀ ਫਾਰਮੂਲੇ ਇਕੱਠੇ ਕਰਕੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੇ ਨੇ ਆਪਣੇ ਪੱਠਿਆਂ ਦੇ ਉੱਤੇ ਵਰਤ ਕੇ ਵੇਖਿਓ ਜੇ ਤੇ ਇੱਕ ਬੰਨੇ ਥੋੜਾ ਜਿਹਾ ਥਾਂ ਛੱਡ ਕੇ ਵੇਖਿਓ ਜੇ ਤੁਹਾਨੂੰ ਰਿਜ਼ਲਟ ਜਿਹੜੇ ਬਾ ਕਮਾਲ ਇਹਨਾਂ ਚੀਜ਼ਾਂ ਤੋਂ ਵੇਖਣ ਨੂੰ ਮਿਲਣਗੇ ਬਾਕੀ ਮਕਈ ਦੇ ਥੱਲੇ ਜਿਆਦਾ ਆਪਣਾ ਏਰੀਆ ਨਾ ਦਓ ਕੱਲੀ ਮਕਈ ਦਾ ਆਚਾਰ ਪਾਉਣ ਦੇ ਵਾਸਤੇ ਜਾਂ ਆਪਾਂ ਬੀਜਦੇ ਆ ਜਾਂ ਪਸ਼ੂਆਂ ਨੂੰ ਵੈਸੇ ਖਵਾਉਣ ਦੇ ਵਾਸਤੇ ਬੀਜਦੇ ਆ ਤੁਹਾਡੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ ਬੜੇ ਥੋੜੇ ਸਮੇਂ ਦੇ ਵਿੱਚ ਇਸ ਚੀਜ਼ ਤੇ ਆਪਾਂ ਨੂੰ ਬੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ ਸ਼ਾਰਟ ਟਾਈਮ ਦੇ ਵਿੱਚ ਤਾਂ ਤੁਹਾਨੂੰ ਚਾਰ ਮਿਲ ਜਾਊਗਾ ਪਸ਼ੂਆਂ ਨੂੰ ਪਸ਼ੂ ਤੁਹਾਡੇ ਰਾਜੀ ਵੀ ਹੋ ਜਾਣਗੇ ਦੁੱਧ ਵੀ ਵੱਧ ਜਾਊਗਾ ਪਰ ਕੁਝ ਸਾਲਾਂ ਬਾਅਦ ਤੁਹਾਡੀ ਜ਼ਮੀਨ ਦੇ ਵਿੱਚੋਂ ਕਣਕ ਝੋਨਾ ਵੀ ਹੁਣੋਂ हट ਜਾਣਾ ਹੈ ਮੱਕੀ ਤਾਂ ਇੱਕ ਬੜੀ ਜ਼ਿਆਦੀ ਹੈਵੀ ਸੋਇਲ ਚਾਹੀਦੀ ਹੁੰਦੀ ਇਹਨੂੰ ਬੜਾ ਜ਼ਿਆਦਾ ਵੱਡਾ ਅਨਾਜ ਹੈ ਮੋਟਾ ਅਨਾਜ ਹੈ ਸਭ ਤੋਂ ਜ਼ਿਆਦਾ ਤਾਕਤਵਰ ਮਿੱਟੀ ਦੇ ਵਿੱਚ ਹੋਣ ਵਾਲਾ ਤੇ ਸਭ ਤੋਂ ਜ਼ਿਆਦਾ ਖਰਾਕਾਂ ਖਾਣ ਵਾਲਾ ਸਭ ਤੋਂ ਜ਼ਿਆਦਾ ਜਮੀਨਾ ਦੀ ਜਾਨ ਖਿੱਚਣ ਵਾਲਾ ਜਕਰ ਕੋਈ ਫਸਲ ਜੇਕਰ ਹੈਗੀ ਤਾਂ ਉਹ ਹੈ ਮੱਕਈ ਬੀਜਨ ਤੋਂ ਥੋੜਾ ਜਿਹਾ ਆਪਾਂ ਗਰੇਜ਼ ਕਰੀਏ ਤੇ ਪੱਠਿਆਂ ਨੂੰ ਵਧਾਉਣ ਦੇ ਵਾਸਤੇ ਜਿਹੜੇ ਫਾਰਮੂਲੇ ਤੁਹਾਨੂੰ ਦੱਸੇ ਨੇ ਇੱਕ ਨੰਬਰ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਤੁਹਾਡੇ ਕੋਲੋਂ ਹੋ ਸਕੇ ਹੋਰ ਲੋਕਾਂ ਦੇ ਨਾਲ ਭੈਣਾ ਭਰਾਵਾਂ ਦੇ ਨਾਲ ਕਿਰਪਾ ਕਰਕੇ ਜ਼ਰੂਰ ਤੇ ਜ਼ਰੂਰ ਸ਼ੇਅਰ ਕਰਿਓ ਜੇ ਵੇਖਣ ਲਈ ਤੇ ਖਾਸ ਕਰਕੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਬੜਾ ਜ਼ਿਆਦਾ ਬਹੁਤ ਬਹੁਤ ਧੰਨਵਾਦ